ਮੈਂ ਤਾਂ ਪਿੱਛੇ ਖੜਿਆ ਸੀ, ਇਹਨਾਂ ਦੇ ਗਲ ਪਏ ਸੀ ਜਦੋਂ ਮੈਂ ਭੱਜ ਕੇ ਆਇਆ ਇਹਨਾਂ ਨੂੰ ਛਡਾਉਣ ਜੀ। ਉਹਨਾਂ ਨੇ ਕਟਰ ਮਾਰਿਆ ਸੀ, ਕਿੰਨੇ ਜਣੇ ਸੀਗੇ? ਉਹ ਹੈਗੇ ਸੀ 7-8 ਜਣੇ ਜੀ। ਤੁਸੀਂ ਬਾਹਰ ਬੈਰਕ ਦੇ ਬਾਹਰ ਕੀ ਕਰ ਰਹੇ ਸੀਗੇ? ਬਾਹਰ ਅਸੀਂ ਤਾਂ ਪਿੱਛੇ ਖਾਣਾ ਬਣਾਈ ਜਾਂਦੇ ਸੀ 2-3 ਜਣੇ, ਜਿੰਨੇ ਨੂੰ ਅਸੀਂ ਭੱਜ ਕੇ ਆਏ ਜੀ ਉਹਨੇ ਤਾਂ ਰੌਲਾ ਪਿਆ ਹੋਇਆ ਸੀ। ਤੁਹਾਨੂੰ ਕਟਰ ਕਿੱਥੋਂ ਆਏ ਸੀ? ਉਹਨਾਂ ਕੋਲ ਵਿੱਚ ਹੀ ਹੈਗੇ ਸੀ ਸਬਜ਼ੀ ਸੁਬਜ਼ੀ ਕੱਟਣ ਵਾਲੇ ਜੀ। ਉਹ ਬੰਦੇ ਪਤਾ ਕੌਣ ਹੈ? ਹਾਂਜੀ, ਕੌਣ ਕਿਹੜੇ ਬੰਦੇ ਸੀ? 3 ਜਣੇ ਸੀਗੇ ਜੀ। ਕੌਣ ਸੀਗੇ? ਕੌਣ ਜੀ? ਜਿਹੜੇ ਗੱਲ ਕਰਿਆ ਕੌਣ ਸੀਗੇ? ਹਾਂਜੀ ਹਾਂਜੀ, ਇੱਕ ਦਾ ਨਾਂ ਕਾਲਾ ਸਿੰਘ ਸੀ ਜੀ, ਅਤੇ ਇੱਕ ਦਾ ਨਾਂ ਹਰਜੀਓ, ਅਤੇ ਇਹ ਦੂਜਾ ਕੌਣ? ਗਗਨ ਸੀ ਜੀ। ਉਹ ਕਿਹੜੇ ਕੇਸ ਚੰਦਰ ਆਏ ਆ? ਉਹ 302 'ਚ ਹੈਗੇ ਜੀ। ਉਹ ਕਿੱਥੋਂ ਆਏ ਨੇ? ਉਹ ਮਖੂ ਵਾਲੀ ਸਾਈਡ ਦੇ ਜੀ। ਤੁਹਾਡਾ ਕਿੰਨਾ ਚਿਰ ਉਹਨਾਂ ਨੂੰ ਇੱਥੇ ਆਇਆ ਨੂੰ ਹੋ ਗਿਆ? ਮੈਨੂੰ ਤਾਂ 10 ਮਹੀਨੇ ਹੋਏ ਜੀ ਇੱਥੇ ਆਏ। ਉਹਨਾਂ ਨੂੰ ਨਹੀਂ ਪਤਾ ਜੀ ਕਿੰਨਾ ਟਾਈਮ ਹੋ ਗਿਆ। ਤੁਸੀਂ ਪਹਿਲਾਂ ਜਾਣਦੇ ਸੀ? ਪਹਿਲਾਂ ਕੋਈ ਲਾਗਤ ਵਾਜੀ? ਨਹੀਂ ਨਹੀਂ ਜੀ। ਅਸੀਂ ਸਰ ਮਤਲਬ ਕਿ ਆਪਣੇ ਬੈਰਕ ਦੇ ਵਿੱਚ ਹੀ ਸੀਗੇ। ਸੁਬਹਾ ਤਕਰੀਬਨ 9:30 ਦਾ ਟਾਈਮ ਸੀਗਾ ਜੀ। ਉੱਥੋਂ ਮਤਲਬ ਬੈਰਕ 'ਚ ਉੱਠੇ ਹਾਂ, ਮਤਲਬ ਚਾਹ ਪੀਣ ਵਾਸਤੇ ਜਾਂ ਰੋਟੀ ਬਣਾਉਣ ਵਾਸਤੇ ਪਿੱਛੇ ਜਾ ਰਹੇ ਸੀ ਪੱਠੀਆਂ ਦੇ। ਉਹ ਸਾਡੇ ਸਾਹਮਣੇ ਆ ਗਏ ਗੇਟ ਦੇ। ਮਤਲਬ ਉਹਦੇ ਉਹਨਾਂ ਦਾ 2 ਬਲਾਕ ਦੀ 4 ਬੈਰਕ ਹੈ ਜੀ, ਸਾਡੀ 2 ਦੀ 5 ਹੈ ਜੀ। ਸਾਡੇ 2 ਬਲਾਕ ਦੀ 5 ਬੈਰਕ ਦੇ ਸਾਹਮਣੇ 8-10 ਜਣੇ ਆ ਕੇ ਮੈਨੂੰ ਮਤਲਬ ਕਟਰਾਂ ਦੇ ਵਾਰ ਕਰਨੇ ਸ਼ੁਰੂ ਕਰਤੇ ਜੀ ਉਹਨਾਂ ਨੇ ਮੈਨੂੰ। ਕੋਈ ਉਹਨਾਂ ਨੇ ਇੱਕ ਹਰਜੀਓ ਮੁੰਡਾ ਹੈਗਾ ਜੀ, ਇੱਕ ਗਗਨ ਹੈਗਾ ਜੀ, ਅਤੇ ਇੱਕ ਕਾਲਾ। ਬਾਕੀ ਉਹਨਾਂ ਦੇ ਨਾਲ ਹੋਰ 3-5-7 ਮੁੰਡੇ ਸੀਗੇ, ਪਰ ਉਹ ਮੈਨੂੰ ਨਹੀਂ ਨਾਮ ਪਤਾ ਉਹਨਾਂ ਦਾ ਜੀ। ਇਹ ਤਾਂ 3 ਪੱਕੇ ਸੀਗੇ, ਇਹਨਾਂ ਕੋਲ ਤਾਂ ਕਟਰ ਸੀਗੇ ਹੀ ਸੀਗੇ ਜੀ। ਕਿਹੜੇ ਏਰੀਏ ਦੇ ਅੱਜ? ਉਹ ਮੋਗੇ ਜ਼ਿਲ੍ਹੇ ਦੇ ਪੈਂਦੇ ਆ ਜੀ, ਮਤਲਬ ਮੋਗੇ ਜ਼ਿਲ੍ਹੇ 'ਚ ਉਹਨਾਂ ਦੇ ਅੱਡੋ ਅੱਡ ਪਿੰਡ ਹੈਗੇ 3, ਮਤਲਬ ਜਿਹੜੇ ਬੰਦੇ ਤੁਹਾਨੂੰ ਦੱਸ ਰਹੇ। ਕਟਰ ਤੁਸੀਂ ਗੱਲ ਕਰ ਰਹੇ, ਕਟਰ ਕਿੱਥੋਂ? ਕਟਰ ਸਰ ਅੰਦਰੋਂ ਹੀ ਮਤਲਬ ਜਿਵੇਂ ਆਪਣੇ ਸਬਜ਼ੀ ਵਗੈਰਾ ਬਣਾਉਂਦੇ ਆ ਜਾਂ ਕਿਸੇ ਤਰ੍ਹਾਂ ਦੇ, ਉਹ ਉੱਥੋਂ ਹੀ ਤਿਆਰ ਕਰ ਲੈਂਦੇ ਆ ਜੀ। ਮਤਲਬ ਪੱਤਰੀ ਪੁੱਤਰੀ ਪੱਟ ਲੈਂਦੇ ਆ ਗੇਟਾਂ ਗੂਟਾਂ ਦੀ, ਉਹਨਾਂ ਤੋਂ ਕਟਰ ਸਰੀਏ ਸੁਰੀਏ ਪੱਟ ਕੇ ਉਹਨਾਂ ਤੋਂ ਤਿਆਰ ਕਰ ਲੈਂਦੇ। ਤੁਸੀਂ ਕਿੰਨੇ ਜਣੇ ਸੀਗੇ? ਅਸੀਂ ਤਾਂ ਮੈਂ ਇਕੱਲਾ ਹੀ ਸੀਗਾ ਸਰ, ਅਤੇ ਮੇਰੇ ਤਾਂ ਬਾਅਦ 'ਚੋਂ ਰੋਟੀ ਵਾਲ ਜਿਹੜੇ ਸੀਗੇ ਮਤਲਬ ਉਹ ਭੱਜ ਕੇ ਛਡਾਉਣ ਵਾਸਤੇ, ਉਹਨਾਂ ਦੇ ਵੀ ਨਾਲ ਹੀ ਮਾਰੇ ਆ ਕਟਰੀ। ਗੱਲ ਕੀ ਹੋਈ ਸੀ? ਕੋਈ ਲਾਗਤਬਾਜ਼ੀ ਨਹੀਂ ਸੀ, ਕੋਈ ਕੁਛ ਨਹੀਂ ਸੀਗਾ ਜੀ। ਬਸ ਆਉਂਦੇ ਸਾਰੇ ਮਤਲਬ ਉਹਨਾਂ ਦਾ ਗੈਂਗ ਬਣਿਆ ਜੀ, 7-8 ਬੰਦਿਆਂ ਦਾ ਜੀ। ਉਹਦੇ 'ਚ ਉਹ ਸਾਨੂੰ ਮਤਲਬ ਇਸ ਤਰ੍ਹਾਂ ਦਬਾਉਣ ਦੇ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਉੱਤਾਂ ਨਾ ਉੱਠਣ ਦੀ ਕੋਸ਼ਿਸ਼ ਕਰੀ? ਨਹੀਂ ਜੀ, ਅਸੀਂ ਕੋਈ ਇਸ ਤਰ੍ਹਾਂ ਕੋਈ ਵਾਰਦਾਤ ਨਹੀਂ ਕੀਤੀ। ਕਿੰਨੀਆਂ ਸੱਟਾਂ ਲੱਗੀਆਂ ਤੁਹਾਡੇ? ਮੇਰੇ ਇੱਕ ਸਿਰ 'ਤੇ ਸੱਟ, ਮਤਲਬ ਬਹੁਤ ਡੂੰਘੀ ਕਿਰਚ, ਮਤਲਬ ਸਰੀਏ ਦੀ ਕਿਰਚ ਬਣਾ ਕੇ ਉਹਨਾਂ ਨੇ ਮਾਰੀ ਹੈ ਜੀ, ਅਤੇ ਇੱਕ ਮਤਲਬ ਇੱਥੇ ਮਾਰਿਆ ਕੱਟ ਰਹੀ ਹੈ ਧੌਣ ਦੇ ਉੱਤੇ। ਕੀ ਨਾਮ ਕੀ ਤੁਹਾਡਾ? ਕੁਲਵਿੰਦਰ ਸਿੰਘ ਜੀ। ਹਾਂਜੀ, ਇਹਨਾਂ ਦੀ ਨਾ ਜੇਲ੍ਹ ਦੇ ਵਿੱਚ ਲੜਾਈ ਹੋਈ ਹੈ 3 ਬੰਦਿਆਂ ਦੀ, ਜਿਨ੍ਹਾਂ 'ਚੋਂ ਇੱਕ ਦੇ ਹੱਥ 'ਤੇ ਸੱਟ ਵੱਜੀ ਹੈ ਅਤੇ 2 ਦੇ ਸਿਰ 'ਤੇ ਸੱਟਾਂ ਵੱਜੀਆਂ। ਅਤੇ ਜਿਹੜੇ ਕੈਦੀ ਆਏ, ਇਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ, ਟਾਂਕੇ ਲਾ ਦਿੱਤੇ ਗਏ ਆ, ਪਰਚਾ ਕਟਵਾ ਦਿੱਤਾ ਗਿਆ, ਅਤੇ ਜਿਹੜਾ ਪਰਚਾ ਕੱਟ ਕੇ ਉਹ ਪੁਲਿਸ ਨੂੰ ਭੇਜ ਦਿੱਤਾ। ਇਹ ਕਿੱਥੇ ਡਾਕਟਰ ਸਾਹਿਬ ਹੈਗੇ ਸੀਗੇ, ਕੈਦੀ ਕਿੱਥੋਂ ਆਏ ਹੈ? ਇਹ ਜੀ ਸੈਂਟਰਲ ਜੇਲ੍ਹ ਫਿਰੋਜ਼ਪੁਰ ਤੋਂ। ਸਾਨੂੰ ਕੱਲ੍ਹ ਇੱਕ MLR ਆਈ ਸੀਗੀ ਕੁਲਵਿੰਦਰ ਸਿੰਘ ਦੇ ਨਾਂ ਤੋਂ, ਵੀ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਦਾਖਲ ਹੈ, ਜਿਸ 'ਤੇ ਸਾਡਾ ਆਈ ਓ ਮੌਕੇ 'ਤੇ ਜਾ ਕੇ ਦੇਖਿਆ, ਉਹਦੇ ਸੱਟਾਂ ਲੱਗਣ ਕਰਕੇ ਉਹਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ। 3 ਮੁਲਜ਼ਮਾਂ ਦੇ ਖਿਲਾਫ਼ ਜਸਵੀਰ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਹਰਜੀਓ ਅਤੇ ਗਗਨਦੀਪ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਹ 3 ਜਣੇ ਕੇਂਦਰੀ ਜੇਲ੍ਹ ਬੰਦ ਸੀਗੇ, ਇਹ ਸਾਰੇ ਜਣੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦ ਸੀ, ਜਿੱਥੇ ਇਹਨਾਂ ਦੀ ਲੜਾਈ ਹੋਈ। ਨਹੀਂ, ਕੋਈ ਰੰਜਿਸ਼ ਤਾਂ ਨਹੀਂ, ਇਹ ਵੱਖ ਵੱਖ ਮੁਕੱਦਮਿਆਂ ਦੇ ਵਿੱਚ ਬੰਦ ਨੇ, ਅਤੇ ਇੱਕ LED ਇਹਨਾਂ ਦੇ ਬੈਰਕ ਦੇ ਵਿੱਚ ਲੱਗੀ ਸੀ, ਜਿਹਨੂੰ ਇਹਨੇ ਕੁਲਵਿੰਦਰ ਸਿੰਘ ਨੇ ਇਹਨਾਂ ਨੇ ਲਿਖਾਇਆ ਵੀ ਉਤਾਰ ਦਿੱਤਾ ਸੀਗਾ, ਵੀ ਪ੍ਰਸ਼ਾਸਨ ਨੂੰ ਕਹਿ ਕੇ, ਜਿਸ ਕਰਕੇ ਇਹਨਾਂ ਦੀ ਆਪਸ 'ਚ ਤੂੰ ਮੈਂ ਹੋਈ ਅਤੇ ਆਪਣੀ ਲੜਾਈ ਹੋਈ। Subscribe to our YouTube channel News DNN by clicking the bell icon. Don't forget to like, comment and share.